ਬੇਕਰੀ ਦੀ ਦੁਕਾਨ ਦੇ ਉੱਤੇ ਗੋਲੀਆਂ ਚਲਾਉਣ ਦੇ ਮਾਮਲੇ 'ਚ ਹੁਣ ਇੱਕ ਵੱਡਾ ਖੁਲਾਸਾ ਹੋਇਆ। ਦਰਅਸਲ ਤੁਹਾਨੂੰ ਦੱਸ ਦਈਏ ਕਿ ਜਦੋਂ ਬਦਮਾਸ਼ਾਂ ਦੇ ਵੱਲੋਂ ਇੱਕ ਬੇਕਰੀ ਦੀ ਦੁਕਾਨ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੀ ਤਾਂ ਉਸ ਸਮੇਂ ਬੇਕਰੀ ਦੁਕਾਨ ਦੇ ਮਾਲਕ ਦਾ ਜੋ ਬੇਟਾ ਉਹ ਗੰਭੀਰ ਰੂਪ 'ਚ ਜ਼ਖਮੀ ਹੋਇਆ ਸੀ ਅਤੇ ਉਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਸਮੇਂ ਗੈਂਗਸਟਰ ਗੋਪੀ ਲਾਹੌਰੀਆ ਦਾ ਨਾਮ ਸਾਹਮਣੇ ਆਇਆ ਸੀ ਅਤੇ ਹੁਣ ਗੋਪੀ ਲਾਹੌਰੀਆ ਗੈਂਗਸਟਰ ਦੇ ਵੱਲੋਂ ਹੀ ਆਪਣੇ ਪੇਜ ਦੇ ਉੱਤੇ ਦੱਸਿਆ ਜਾ ਰਿਹਾ ਕਿ ਇੱਕ ਪੋਸਟ ਪਾਈ ਹੈ ਜਿਸ ਦੇ ਵਿੱਚ ਉਸਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਤਾਂ ਉਸ ਪੋਸਟ ਦੇ ਵਿੱਚ ਉਸਨੇ ਲਿਖਿਆ, ਕੁਝ ਦਿਨ ਪਹਿਲਾਂ ਜੋ ਲੁਧਿਆਣੇ ਵਿੱਚ ਸਿੰਧੀ ਬੇਕਰੀ ਵਾਲੇ ਦੇ ਮੁੰਡੇ 'ਤੇ ਫਾਇਰਿੰਗ ਹੋਈ ਸੀ ਉਹ ਮੈਂ ਗੋਪੀ ਲਾਹੌਰੀਆ ਨੇ ਕਰਵਾਈ ਹੈ। ਇਸ ਨਾਲ ਮੇਰਾ ਕੋਈ ਪਰਸਨਲ ਮੈਟਰ ਚੱਲ ਰਿਹਾ ਸੀ। ਥੋੜ੍ਹੇ ਦਿਨਾਂ ਤੋਂ ਇਹਨੂੰ ਮੈਂ ਬਹੁਤ ਸਮਝਾਇਆ ਸੀ, ਬਹੁਤ ਸੁਨੇਹੇ ਵੀ ਲਾਏ, ਪਰ ਇਹ ਸਮਝਿਆ ਨਹੀਂ। ਇਸ ਕਰਕੇ ਇਹਨੂੰ ਇਹ ਅਹਿਸਾਸ ਕਰਵਾਉਣਾ ਸੀ ਕਿ ਮੌਤ ਆਖਰ ਚੀਜ਼ ਕੀ ਹੁੰਦੀ ਹੈ। ਤਾਂ ਤੁਹਾਨੂੰ ਪੂਰੀ ਘਟਨਾ ਦੇ ਬਾਰੇ ਦੱਸ ਦਈਏ ਕਿ 28 ਅਗਸਤ ਨੂੰ ਪੰਜਾਬ ਦੇ ਲੁਧਿਆਣਾ ਦੇ ਰਾਜਗੁਰੂ ਨਗਰ ਵਿੱਚ ਸਥਿਤ ਸਿੰਧੀ ਬੇਕਰੀ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਪੁਲਿਸ ਨੇ ਇਸ ਮਾਮਲੇ 'ਚ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਪੁੱਛਗਿੱਛ ਦੌਰਾਨ ਬਦਮਾਸ਼ਾਂ ਨੇ ਕਈ ਖੁਲਾਸੇ ਕੀਤੇ ਸਨ। ਬਦਮਾਸ਼ 1 ਘੰਟੇ 'ਚ 2 ਵਾਰ ਹਮਲਾ ਕਰਨ ਆਏ। ਜੇ ਜਦੋਂ ਉਹ ਪਹਿਲੀ ਵਾਰ ਅਸਫਲ ਹੋ ਗਏ ਤਾਂ ਉਹਨਾਂ ਨੇ 45 ਮਿੰਟ ਬਾਅਦ ਦੁਬਾਰਾ ਹਮਲਾ ਕਰਨ ਦੇ ਲਈ ਵਾਪਸ ਆਉਂਦੇ ਨੇ ਅਤੇ ਗੋਲੀਬਾਰੀ ਕਰਕੇ ਉੱਥੋਂ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਅਤੇ ਇਸ ਘਟਨਾ ਦੇ ਵਿੱਚ ਜੋ ਸਿੰਧੀ ਬੇਕਰੀ ਦਾ ਮਾਲਕ ਦਾ ਬੇਟਾ ਨਵੀਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦਾ ਹੈ। ਅਤੇ ਇਸ ਘਟਨਾ ਤੋਂ ਬਾਅਦ ਜਦੋਂ ਸਖ਼ਤੀ ਦੇ ਨਾਲ ਦੋਵਾਂ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਸਦੇ ਵਿੱਚ ਇਹ ਨਾਮ ਸਾਹਮਣੇ ਆਇਆ ਸੀ ਕਿ ਗੋਪੀ ਲਾਹੌਰੀਆ ਦੇ ਜੋ ਉਹ ਉੱਥੋਂ ਦੀ ਇਹਨਾਂ ਨੂੰ ਇਸ਼ਾਰੇ ਕਰ ਰਿਹਾ ਸੀ, ਜੋ ਸਾਰੇ ਹੀ ਇਹਨਾਂ ਨੂੰ ਦੱਸ ਰਿਹਾ ਸੀ ਕਿ ਆਖਰ ਹਮਲਾ ਕਰਨਾ ਕਿਵੇਂ, ਉਸਦੇ ਇਸ਼ਾਰਿਆਂ ਦੇ ਉੱਤੇ ਹੀ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਅਤੇ ਹੁਣ ਗੋਪੀ ਲਾਹੌਰੀਆ ਦੇ ਵੱਲੋਂ ਖੁਦ ਇਸ ਪੋਸਟ ਨੂੰ ਪਾ ਕੇ ਦੱਸਿਆ ਗਿਆ ਕਿ ਉਹ ਇਸ ਹਮਲੇ ਦੀ ਜ਼ਿੰਮੇਵਾਰੀ ਲੈ ਰਿਹਾ। ਬੇਕਰੀ ਦੀ ਦੁਕਾਨ ਦੇ ਉੱਤੇ ਗੋਲੀਆਂ ਚਲਾਉਣ ਦੇ ਮਾਮਲੇ 'ਚ ਹੁਣ ਇੱਕ ਵੱਡਾ ਖੁਲਾਸਾ ਹੋਇਆ। ਦਰਅਸਲ ਤੁਹਾਨੂੰ ਦੱਸ ਦਈਏ ਕਿ ਜਦੋਂ ਬਦਮਾਸ਼ਾਂ ਦੇ ਵੱਲੋਂ ਇੱਕ ਬੇਕਰੀ ਦੀ ਦੁਕਾਨ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੀ ਤਾਂ ਉਸ ਸਮੇਂ ਬੇਕਰੀ ਦੁਕਾਨ ਦੇ ਮਾਲਕ ਦਾ ਜੋ ਬੇਟਾ ਉਹ ਗੰਭੀਰ ਰੂਪ 'ਚ ਜ਼ਖਮੀ ਹੋਇਆ ਸੀ ਅਤੇ ਉਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਸਮੇਂ ਗੈਂਗਸਟਰ ਗੋਪੀ ਲਾਹੌਰੀਆ ਦਾ ਨਾਮ ਸਾਹਮਣੇ ਆਇਆ ਸੀ ਅਤੇ ਹੁਣ ਗੋਪੀ ਲਾਹੌਰੀਆ ਗੈਂਗਸਟਰ ਦੇ ਵੱਲੋਂ ਹੀ ਆਪਣੇ ਪੇਜ ਦੇ ਉੱਤੇ ਦੱਸਿਆ ਜਾ ਰਿਹਾ ਕਿ ਇੱਕ ਪੋਸਟ ਪਾਈ ਹੈ ਜਿਸ ਦੇ ਵਿੱਚ ਉਸਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਤਾਂ ਉਸ ਪੋਸਟ ਦੇ ਵਿੱਚ ਉਸਨੇ ਲਿਖਿਆ, ਕੁਝ ਦਿਨ ਪਹਿਲਾਂ ਜੋ ਲੁਧਿਆਣੇ ਵਿੱਚ ਸਿੰਧੀ ਬੇਕਰੀ ਵਾਲੇ ਦੇ ਮੁੰਡੇ 'ਤੇ ਫਾਇਰਿੰਗ ਹੋਈ ਸੀ ਉਹ ਮੈਂ ਗੋਪੀ ਲਾਹੌਰੀਆ ਨੇ ਕਰਵਾਈ ਹੈ। ਇਸ ਨਾਲ ਮੇਰਾ ਕੋਈ ਪਰਸਨਲ ਮੈਟਰ ਚੱਲ ਰਿਹਾ ਸੀ। ਥੋੜ੍ਹੇ ਦਿਨਾਂ ਤੋਂ ਇਹਨੂੰ ਮੈਂ ਬਹੁਤ ਸਮਝਾਇਆ ਸੀ, ਬਹੁਤ ਸੁਨੇਹੇ ਵੀ ਲਾਏ, ਪਰ ਇਹ ਸਮਝਿਆ ਨਹੀਂ। ਇਸ ਕਰਕੇ ਇਹਨੂੰ ਇਹ ਅਹਿਸਾਸ ਕਰਵਾਉਣਾ ਸੀ ਕਿ ਮੌਤ ਆਖਰ ਚੀਜ਼ ਕੀ ਹੁੰਦੀ ਹੈ। ਤਾਂ ਤੁਹਾਨੂੰ ਪੂਰੀ ਘਟਨਾ ਦੇ ਬਾਰੇ ਦੱਸ ਦਈਏ ਕਿ 28 ਅਗਸਤ ਨੂੰ ਪੰਜਾਬ ਦੇ ਲੁਧਿਆਣਾ ਦੇ ਰਾਜਗੁਰੂ ਨਗਰ ਵਿੱਚ ਸਥਿਤ ਸਿੰਧੀ ਬੇਕਰੀ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਪੁਲਿਸ ਨੇ ਇਸ ਮਾਮਲੇ 'ਚ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਪੁੱਛਗਿੱਛ ਦੌਰਾਨ ਬਦਮਾਸ਼ਾਂ ਨੇ ਕਈ ਖੁਲਾਸੇ ਕੀਤੇ ਸਨ। ਬਦਮਾਸ਼ 1 ਘੰਟੇ 'ਚ 2 ਵਾਰ ਹਮਲਾ ਕਰਨ ਆਏ। ਜੇ ਜਦੋਂ ਉਹ ਪਹਿਲੀ ਵਾਰ ਅਸਫਲ ਹੋ ਗਏ ਤਾਂ ਉਹਨਾਂ ਨੇ 45 ਮਿੰਟ ਬਾਅਦ ਦੁਬਾਰਾ ਹਮਲਾ ਕਰਨ ਦੇ ਲਈ ਵਾਪਸ ਆਉਂਦੇ ਨੇ ਅਤੇ ਗੋਲੀਬਾਰੀ ਕਰਕੇ ਉੱਥੋਂ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਅਤੇ ਇਸ ਘਟਨਾ ਦੇ ਵਿੱਚ ਜੋ ਸਿੰਧੀ ਬੇਕਰੀ ਦਾ ਮਾਲਕ ਦਾ ਬੇਟਾ ਨਵੀਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦਾ ਹੈ। ਅਤੇ ਇਸ ਘਟਨਾ ਤੋਂ ਬਾਅਦ ਜਦੋਂ ਸਖ਼ਤੀ ਦੇ ਨਾਲ ਦੋਵਾਂ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਸਦੇ ਵਿੱਚ ਇਹ ਨਾਮ ਸਾਹਮਣੇ ਆਇਆ ਸੀ ਕਿ ਗੋਪੀ ਲਾਹੌਰੀਆ ਦੇ ਜੋ ਉਹ ਉੱਥੋਂ ਦੀ ਇਹਨਾਂ ਨੂੰ ਇਸ਼ਾਰੇ ਕਰ ਰਿਹਾ ਸੀ, ਜੋ ਸਾਰੇ ਹੀ ਇਹਨਾਂ ਨੂੰ ਦੱਸ ਰਿਹਾ ਸੀ ਕਿ ਆਖਰ ਹਮਲਾ ਕਰਨਾ ਕਿਵੇਂ, ਉਸਦੇ ਇਸ਼ਾਰਿਆਂ ਦੇ ਉੱਤੇ ਹੀ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਅਤੇ ਹੁਣ ਗੋਪੀ ਲਾਹੌਰੀਆ ਦੇ ਵੱਲੋਂ ਖੁਦ ਇਸ ਪੋਸਟ ਨੂੰ ਪਾ ਕੇ ਦੱਸਿਆ ਗਿਆ ਕਿ ਉਹ ਇਸ ਹਮਲੇ ਦੀ ਜ਼ਿੰਮੇਵਾਰੀ ਲੈ ਰਿਹਾ ਹੈ।